ਜੇ ਤੁਸੀਂ ਸਪੇਸ ਦੇ ਬਾਰੇ ਮਾੜਾ ਜਿਹਾ ਵੀ ਇੰਟਰਸਟ ਰੱਖਦੇ ਹੋ ਤੇ ਯਕੀਨਨ ਫਿਰ ਤੁਸੀਂ ਬਲੈਕ ਹੋਲ ਦਾ ਨਾਮ ਜ਼ਰੂਰ ਸੁਣਿਆ ਹੋਵੇਗਾ ਬਲੈਕ ਹੋਲ ਕੀ ਹੈ ਸਾਇੰਸ ਦੀ ਦੁਨੀਆ ਦੇ ਵਿੱਚ ਇਹਨੂੰ ਕਦੀ ਤੇ ਦੂਜੀ ਦੁਨੀਆ ਦੇ ਅੰਦਰ ਜਾਣ ਦਾ ਰਸਤਾ ਕਿਹਾ ਜਾਂਦਾ ਹੈ ਤੇ ਕਦੀ ਇਹਨੂੰ ਹੋਲ ਆਫ ਡੈਥ ਕੀ ਬਲੈਕ ਹੋਲ ਦਾ ਰੰਗ ਵਾਕਈ ਕਾਲਾ ਹੈ ਜਾਂ ਫਿਰ ਇਸ ਕਾਲੇ ਰੰਗ ਪਿੱਛੇ ਬਹੁਤ ਸਾਰੇ ਰਾਜ਼ ਲੁਕੇ ਹੋਏ ਨੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਐਸੇ ਬਾਰੇ ਗੱਲ ਕਰਨ ਜਾ ਰਹੇ ਹਾਂ ਬਲੈਕ ਹੋਲ ਦਰਸਲ ਕੋਈ ਸੁਰਾਖ ਨਹੀਂ ਬਲਕਿ ਇਹ ਖਲਾਅ ਦੇ ਵਿੱਚ ਨਾ ਨਜ਼ਰ ਆਉਣ ਵਾਲਾ ਇੱਕ ਹਿੱਸਾ ਹੁੰਦਾ ਹੈ ਤੇ ਇਸ ਦੇ ਵਿੱਚ ਐਸੀ ਗ੍ਰੈਵਿਟੀ ਹੈ ਕਿ ਉੱਥੋਂ ਰੋਸ਼ਨੀ ਵੀ ਨਹੀਂ ਵਾਪਸ ਆ ਸਕਦੀ ਖਲਾਅ ਦੇ ਵਿੱਚ ਇਹੋ ਜਿਹੇ ਕਈ ਬਲੈਕ ਹੋਲ ਮੌਜੂਦ ਹਨ ਜੇ ਤੁਹਾਨੂੰ ਮੈਂ ਆਸਾਨ ਲਫ਼ਜ਼ਾਂ ਦੇ ਵਿੱਚ ਦੱਸਾਂ ਕਿ ਬਲੈਕ ਹੋਲ ਕੀ ਹੈ ਤੇ ਫਿਰ ਮੈਨੂੰ ਇੱਕ ਮਿਸਾਲ ਦੇਣੀ ਪਵੇਗੀ ਤੁਸੀਂ ਨਹਿਰ ਜਾਂ ਦਰਿਆ ਦਾ ਪੁਲ ਪਾਰ ਕਰਦੇ ਆ ਪਾਣੀ ਅੰਦਰ ਚਾਤੀ ਮਾਰੋ ਤੇ ਤੁਹਾਨੂੰ ਪਾਣੀ ਦੇ ਅੰਦਰ ਬਹੁਤ ਸਾਰੀਆਂ ਘੁੰਮਣ ਘੇਰੀਆਂ ਨਜ਼ਰ ਆਉਣਗੀਆਂ ਉਸ ਘੁੰਮਦੇ ਹੋਏ ਪਾਣੀ ਦੇ ਨਾਲ ਆਲ ਦਵਾਲੇ ਵਾਲੀਆਂ ਸ਼ੇਵਾਂ ਵੀ ਤੁਹਾਨੂੰ ਉਹਦੇ ਵਿੱਚ ਘੁੰਮਦੀਆਂ ਨਜ਼ਰ ਆਉਣਗੀਆਂ ਜ਼ਮੀਨ ਤੇ ਵੀ ਤੁਸੀਂ ਬਹੁਤ ਵਰੀ ਵਾਵਰੋਲੇ ਵੇਖੇ ਹੋਣਗੇ ਜਿੰਨੂੰ ਅੰਗਰੇਜ਼ੀ ਦੇ ਵਿੱਚ ਟੌਰਨੇਡੋ ਆਖਦੇ ਨੇ ਬਾਜ਼ੇ ਵੇਲੇ ਇਸ ਵਾਵਰੋਲੇ ਦੇ ਵਿੱਚ ਇੰਨੀ ਤਾਕਤ ਹੁੰਦੀ ਏ ਕਿ ਉਹ ਆਪਣੇ ਆਲ ਦਵਾਲੇ ਦੀਆਂ ਸ਼ੇਵਾਂ ਦੇ ਨਾਲ ਨਾਲ ਵੱਡੇ ਵੱਡੇ ਮਕਾਨ ਵੀ ਤਬਾਹ ਕਰ ਦਿੰਦਾ ਏ ਬਲੈਕ ਹੋਲ ਵੀ ਇਸੇ ਤਰ੍ਹਾਂ ਦੀ ਬਹੁਤ ਜ਼ਿਆਦਾ ਗ੍ਰੈਵਿਟੀ ਦੀ وجہ ਤੇ ਉਤੋਂ ਬਣਦੇ ਨੇ ਕੋਈ ਵੀ ਬਲੈਕ ਹੋਲ ਸਤਾਰਿਆਂ ਦੀ ਉਮਰ ਪੂਰੀ ਹੋਣ ਤੇ ਉਹਨਾਂ ਦੇ ਟੁੱਟਣ ਦੇ ਅਮਲ ਤੋਂ ਸ਼ੁਰੂ ਹੁੰਦਾ ਹੈ ਸ਼ੁਰੂ ਦੇ ਵਿੱਚ ਬਲੈਕ ਹੋਲ ਨਿੱਕਾ ਜਿਹਾ ਹੁੰਦਾ ਹੈ ਪਰ ਜਦੋਂ ਆਲ ਦੁਆਲੇ ਦੇ ਮਾਦੇ ਨੂੰ ਆਪਣੇ ਅੰਦਰ ਖਿੱਚਦਾ ਹੈ ਤੇ ਉਹ ਮੁਸਲਸਲ ਵੱਡਾ ਹੁੰਦਾ ਜਾਂਦਾ ਹੈ ਦੂਜੇ ਲਫ਼ਜ਼ਾਂ ਦੇ ਵਿੱਚ ਕੋਈ ਵੀ ਸਤਾਰਾ ਬਲੈਕ ਹੋਲ ਉਸ ਵੇਲੇ ਬਣਦਾ ਹੈ ਜਦੋਂ ਇਸ ਤੇ तमाम ਮਾਦੇ ਨੂੰ ਨਿੱਕੀ ਜਿਹੀ ਜਗ੍ਹਾ ਦੇ ਵਿੱਚ ਕੈਦ ਕਰ ਦਿੱਤਾ ਜਾਵੇ فرض ਕਰੋ ਜੇ ਅਸੀਂ ਆਪਣੇ ਸੂਰਜ ਨੂੰ ਇਦੀ तमाम ਪਾਵਰ ਦੇ ਨਾਲ ਇੱਕ ਨਿੱਕੀ ਜਿਹੀ ਟੈਨਿਸ ਬਾਲ ਜਿਹਨੀ ਗੇਂਦ ਦੇ ਅੰਦਰ ਕੈਦ ਕਰ ਦਈਏ ਤੇ ਉਹ ਬਲੈਕ ਹੋਲ ਦੇ ਵਿੱਚ ਤਬਦੀਲ ਹੋ ਜਾਵੇਗਾ ਨਿੱਕੀ ਜਿਹੀ ਜਗ੍ਹਾ ਦੇ ਵਿੱਚ ਬਹੁਤ ਜ਼ਿਆਦਾ ਮਾਦਾ ਹੋਣ ਦੇ ਭਾਰੋਂ ਉਹਦੇ ਵਿੱਚ ਗ੍ਰੈਵਿਟੀ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਰੋਸ਼ਨੀ ਜਿਹਨੂੰ ਅਸੀਂ ਆਖਦੇ ਹਾਂ ਕਿ ਇਹ ਕਾਇਨਾਤ ਦੀ ਤੇਜ਼ ਤਰੀਨ ਟਰੈਵਲ ਕਰਨ ਵਾਲੀ ਸ਼ੈਅ ਹੈ ਉਹ ਵੀ ਇਹਦੇ ਤੋਂ ਬਾਹਰ ਨਹੀਂ ਨਿਕਲ ਸਕਦੀ ਕੁਝ ਰਿਸਰਚਰ ਦਾ ਆਖਣਾ ਹੈ ਕਿ ਜੇ ਸਾਡਾ ਸੂਰਜ ਬਲੈਕ ਹੋਲ ਬਣ ਗਿਆ ਤੇ ਇਹ ਸਾਡੇ ਸੋਲਰ ਸਿਸਟਮ ਦੇ ਤਮਾਮ ਸਿਆਰਿਆਂ ਨੂੰ ਖਾ ਜਾਵੇਗਾ ਬਲੈਕ ਹੋਲ ਦੀ ਗ੍ਰੈਵਿਟੀ ਉਹਦੇ ਅੰਦਰ ਮਾਦੇ ਦੀ ਮਿਕਦਾਰ ਤੇ ਡਿਪੈਂਡ ਕਰਦੀ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਰੋਸ਼ਨੀ ਵੀ ਉਹਦੇ ਅੰਦਰ ਜਾ ਕੇ ਵਾਪਸ ਨਹੀਂ ਆ ਸਕਦੀ ਤੇ ਸਾਇੰਸਦਾਨਾਂ ਨੂੰ ਬਲੈਕ ਹੋਲ ਦਾ ਫੇਰ ਕਿਸ ਤਰ੍ਹਾਂ ਪਤਾ ਲੱਗਦਾ ਹੈ ਐਦਾ ਸਿੱਧਾ ਜਿਹਾ ਜਵਾਬ ਹੈ ਕਿ ਸਾਇੰਸਦਾਨਾਂ ਨੇ ਕਦੀ ਬਲੈਕ ਹੋਲ ਵੇਖਿਆ ਹੀ ਨਹੀਂ ਤੇ ਨਾ ਹੀ ਆਉਣ ਵਾਲੇ ਵਕਤਾਂ ਦੇ ਵਿੱਚ ਵੇਖ ਸਕਣਗੇ ਪਰ ਸਾਡੀ ਮਿਲਕੀਵੇ ਦੇ ਸੈਂਟਰ ਦੇ ਵਿੱਚ ਹਜ਼ਾਰਾਂ ਬਲੈਕ ਹੋਲ ਹਾਲੇ ਤੱਕਰ ਦਰਿਆਵਤ ਕੀਤੇ ਜਾ ਚੁੱਕੇ ਨੇ ਜਦੋਂ ਇੱਕ ਬਲੈਕ ਹੋਲ ਦਰਿਆਵਤ ਹੁੰਦਾ ਹੈ ਐਦੇ ਆਲ ਦੁਆਲੇ ਨਿੱਕੇ ਨਿੱਕੇ ਹੋਰ ਵੀ ਬਹੁਤ ਸਾਰੇ ਬਲੈਕ ਹੋਲ ਹੁੰਦੇ ਨੇ ਸਾਇੰਸਦਾਨਾਂ ਨੂੰ ਇਸ ਗੱਲ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਉਹਨਾਂ ਨੇ ਸੈਂਟਰਲ ਬਲੈਕ ਹੋਲ ਦੀ ਫੋਟੋ ਲਈ ਜਦੋਂ ਬਲੈਕ ਹੋਲ ਮਾਦੇ ਨੂੰ ਆਪਣੇ ਅੰਦਰ ਲੈ ਕੇ ਜਾਂਦਾ ਹੈ ਤੇ ਇਵੈਂਟ ਹੋਰਾਈਜ਼ਨ ਤੋਂ ਪਹਿਲੇ ਉਹਦੀ ਗ੍ਰੈਵਿਟੀ ਦੀ وجہ ਤੋਂ ਮਾਦਾ એનર્ਜੀ ਦੇ ਵਿੱਚ ਤਬਦੀਲ ਹੋ ਜਾਂਦਾ ਹੈ ਜਿੱਦੇ ਨਤੀਜੇ ਦੇ ਵਿੱਚ ਇਵੈਂਟ ਹੋਰਾਈਜ਼ਨ ਦੇ ਲਾਗੇ ਐਕਸ ਰੇਜ਼ ਪੈਦਾ ਹੁੰਦੀਆਂ ਨੇ ਇਹਨਾਂ ਐਕਸ ਰੇਜ਼ ਨੂੰ ਜ਼ਮੀਨ ਦੇ ਉੱਤੇ ਮੌਜੂਦ ਦੁਰਬੀਨਾ ਦੀ ਮਦਦ ਦੇ ਨਾਲ ਕੈਪਚਰ ਕੀਤਾ ਜਾ ਸਕਦਾ ਹੈ ਇਸ ਤਰੀਕੇ ਦੇ ਨਾਲ ਅਸੀਂ ਬਲੈਕ ਹੋਲ ਨੂੰ ਵੇਖਦੇ ਹਾਂ ਤੇ ਇਹਨਾਂ ਦੀ ਸਟੱਡੀ ਕਰਦੇ ਹਾਂ ਤਿ ਐ ਨਦੀ ਦੀ دریافت ਵੀ ਐਸੇ ਤਰੀਕੇ ਦੇ ਨਾਲ ਹੋਈ ਏ ਸਾਇੰਸਦਾਨ ਆਖਦੇ ਨੇ ਕਿ ਸੈਸ ਦੇ ਵਿੱਚ ਇਨੇ ਛੋਟੇ ਤੇ ਡਾਰਕ ਹੋਣ ਦੀ وجہ ਤੋਂ ਅਸੀਂ ਡਾਇਰੈਕਟਲੀ ਐਨਦੀ ਸਟੱਡੀ ਨਹੀਂ ਕਰ ਸਕਦੇ ਸਾਇੰਸਦਾਨ ਬੜੇ ਅਰਸੇ ਤੀਕਰ ਇਸ ਮਾਮਲੇ ਦੇ ਵਿੱਚ ਕਨਫਿਊਜ਼ਨ ਦਾ ਸ਼ਿਕਾਰ ਰਹੇ ਨੇ ਕਿਉਂਕਿ ਇਹ ਐਸੀ ਸ਼ੈ ਹੈ ਜਿਹੜੀ ਮੌਜੂਦ ਤੇ ਹੈ ਪਰ ਇਹਨੂੰ ਡਾਇਰੈਕਟਲੀ ਵੇਖਿਆ ਨਹੀਂ ਜਾ ਸਕਦਾ ਇਹ ਬਲੈਕ ਹੋਲ ਪੁਰਾਣੇ ਸਿਤਾਰਿਆਂ ਦੀ ਬਾਕੀਅਤ ਤੋਂ ਜ਼ਿਆਦਾ ਕੁਝ ਵੀ ਨਹੀਂ ਜਿਹੜੇ ਆਪਣਾ ਵजूद ਖਤਮ ਕਰ ਚੁੱਕੇ ਨੇ ਰਹੀ ਗੱਲ ਕੀ ਇਸ ਬਲੈਕ ਹੋਲ ਦੇ ਅੰਦਰ ਕੀ ਪ੍ਰੋਸੈਸ ਹੁੰਦਾ ਹੈ ਇਸ ਤੋਂ ਦੂਜੀ ਸਾਈਡ ਦੇ ਉੱਤੇ ਕਿਸ ਪ੍ਰੋਸੈਸ ਦੇ ਨਾਲ ਨਵੇਂ ਸਿਤਾਰੇ ਬਣਦੇ ਨੇ ਇਸ ਬਾਰੇ ਹਾਲੇ ਰਿਸਰਚ ਜਾਰੀ ਹੈ ਆਉਣ ਵਾਲੇ ਵਕਤਾਂ ਦੇ ਅੰਦਰ ਅਸੀਂ ਇਸ ਬਾਰੇ ਬਹੁਤ ਕੁਝ ਜਾਣ ਸਕਦੇ ਹਾਂ ਐਸੀ ਥੋੜੀ ਜੀ ਜਾਣਕਾਰੀ ਬਲੈਕ ਹੋਲਜ਼ ਦੇ ਬਾਰੇ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਵੀਡੀਓ ਜ਼ਰੂਰ ਚੰਗੀ ਲੱਗੀ ਹੋਵੇਗੀ